ਇਹਨੂੰ ਬਚਾ ਲਈ ਹੁਣ ਕੱਲ ਕਿੱਦਾਂ ਬਚਾ ਲਈ ਮੈਂ ਇਹਨੂੰ ਹੁਣ ਦੀਪੂ ਮੇਰੀ ਗੱਲ ਸੁਣ ਉਹ ਮੇਰੀ ਤੂੰ ਗੱਲ ਸੁਣ ਹਾਂ ਵੀ ਉਹਨਾਂ ਨੇ ਜਿੱਥੇ ਆਉਣੇ ਆ ਤੇ ਦੱਸਦੀ ਮੈਨੂੰ ਫਤਿਹਗੜ੍ਹ ਚੂੜੀਆਂ ਟੱਪਰੀਆਂ ਵਿਖੇ ਦੋ ਧਿਰਾਂ 'ਚ ਹੋਈ ਲੜਾਈ, ਤਿੰਨ ਨੌਜਵਾਨ ਜ਼ਖਮੀ, ਹਸਪਤਾਲ ਹੋਏ ਦਾਖਲ। ਇੱਕ ਦੂਜੇ ਉੱਪਰ ਲੜਾਈ ਸ਼ੁਰੂ ਕਰਨ ਦੇ ਲਗਾਏ ਦੋਸ਼, ਝਗੜੇ ਦੀਆਂ ਵੀਡੀਓ ਅਤੇ ਆਡੀਓ ਵੀ ਹੋਈਆਂ ਰਿਕਾਰਡ। ਦੋ ਹਫ਼ਤੇ ਪਹਿਲਾਂ ਵੀ ਦੋਵਾਂ ਧਿਰਾਂ ਦਾ ਹੋਇਆ ਸੀ ਝਗੜਾ। ਫਤਿਹਗੜ੍ਹ ਚੂੜੀਆਂ ਦੇ ਨਾਲ ਲੱਗਦੇ ਰਸੂਲਪੁਰ ਟੱਪਰੀਆਂ ਵਿਖੇ ਦੋ ਹਫ਼ਤੇ ਪਹਿਲਾਂ ਦੋ ਧਿਰਾਂ ਦੇ ਨੌਜਵਾਨਾਂ ਵਿੱਚ ਝਗੜਾ ਹੋਇਆ ਸੀ, ਜਿਸ ਦੀਆਂ ਵੀਡੀਓ ਵੀ ਰਿਕਾਰਡ ਹੋਈਆਂ ਸਨ। ਇਸ ਝਗੜੇ ਦੀ ਕਿਸੇ ਧਿਰ ਵੱਲੋਂ ਥਾਣੇ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ ਅਤੇ ਇਸ ਝਗੜੇ ਤੋਂ ਬਾਅਦ ਇੱਕ ਧਿਰ ਦਾ ਨੌਜਵਾਨ ਵੀ ਫੋਨ ਉੱਪਰ ਧਮਕੀ ਦੇਣ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਇਸ ਤੋਂ ਬਾਅਦ ਬੀਤੀ ਰਾਤ ਇੱਕ ਵਾਰ ਫਿਰ ਇਹਨਾਂ ਦੋਵਾਂ ਧਿਰਾਂ ਦਾ ਆਪਸ ਝਗੜਾ ਹੋਇਆ ਹੈ ਅਤੇ ਇਸ ਝਗੜੇ ਦੇ ਲਈ ਦੋਵੇਂ ਧਿਰਾਂ ਇੱਕ ਦੂਜੇ ਉੱਪਰ ਦੋਸ਼ ਲਗਾ ਰਹੇ ਹਨ। ਲੜਾਈ ਵਾਲੀਆਂ ਦੋਵੇਂ ਧਿਰਾਂ ਫਤਿਹਗੜ੍ਹ ਚੂੜੀਆਂ ਤੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਹੋਈਆਂ ਹਨ, ਜਿਨ੍ਹਾਂ ਦੇ ਇੱਕ ਧਿਰ ਦੇ ਦੋ ਨੌਜਵਾਨ ਅਤੇ ਇੱਕ ਧਿਰ ਦਾ ਇੱਕ ਨੌਜਵਾਨ ਸ਼ਾਮਲ ਹੈ। ਇੱਕ ਧਿਰ ਦੇ ਜ਼ਖਮੀ ਦੋ ਨੌਜਵਾਨ ਗੁਰਦਿਆਲ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਦੀਪਕ ਪੁੱਤਰ ਸਤਨਾਮ ਸਿੰਘ ਅਤੇ ਪਰਿਵਾਰਕ ਮੈਂਬਰ ਬਲਦੇਵ ਸਿੰਘ ਨੇ ਦੂਜੀ ਧਿਰ ਤੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਗੁਰਦਿਆਲ ਸਿੰਘ ਅਤੇ ਦੀਪਕ ਘਰੋਂ ਦੁੱਧ ਲੈਣ ਲਈ ਗਏ ਸਨ ਤੇ ਰਸਤੇ 'ਚ ਉਹਨਾਂ ਨੂੰ ਘੇਰ ਕੇ ਬਲਜਿੰਦਰ ਸਿੰਘ ਉਸ ਦੇ ਭਰਾ ਸਮੇਤ ਕਈ ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਬਲਦੇਵ ਸਿੰਘ ਨੇ ਦੋਸ਼ ਲਗਾਇਆ ਕਿ ਲੜਾਈ ਤੋਂ ਅਗਲੇ ਦਿਨ 19 ਘੰਟੇ ਬਾਅਦ ਦੂਸਰੀ ਧਿਰ ਜਿਹੜੀ ਆ ਉਹ ਖੁਦ ਨੂੰ ਸੱਟਾਂ ਲਗਾ ਕੇ ਹਸਪਤਾਲ ਦਾਖਲ ਹੋਈ ਹੈ। ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਪਹਿਲੀ ਧਿਰ ਉੱਪਰ ਲੜਾਈ ਕਰਨ ਦੇ ਲਗਾਏ ਦੋਸ਼। ਦੂਜੀ ਧਿਰ 'ਤੇ ਜ਼ਖਮੀ ਨੌਜਵਾਨ ਬਲਜਿੰਦਰ ਸਿੰਘ, ਪੁੱਤਰ ਜੋਗਿੰਦਰ ਸਿੰਘ ਅਤੇ ਉਸ ਦੀ ਮਾਤਾ ਬੀਬੀ ਰਾਜ ਅਤੇ ਭਰਾ ਜੋਬਨ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹਨਾਂ 15-20 ਦਿਨ ਪਹਿਲਾਂ ਵੀ ਬੱਚਿਆਂ ਨਾਲ ਝਗੜਾ ਕੀਤਾ ਸੀ ਪਰ ਅਸੀਂ ਝਗੜਾ ਛੱਡ ਦਿੱਤਾ ਅਤੇ ਹੁਣ ਬੀਤੀ ਰਾਤ ਪਿੰਡ ਦੇ ਬਾਹਰ ਡੇਰੀ ਤੋਂ ਦੋਵੇਂ ਭਰਾ ਦੁੱਧ ਲੈਣ ਗਏ ਸੀ ਅਤੇ ਰਸਤੇ 'ਚ ਗੁਰਦਿਆਲ ਸਿੰਘ, ਬਲਦੇਵ ਸਿੰਘ, ਦੀਪਕ ਅਤੇ ਹੋਰ ਬਾਹਰੋਂ ਸੱਦੇ ਤੇ ਲੜਕਿਆਂ ਵੱਲੋਂ ਉਹਨਾਂ ਨੂੰ ਰਸਤੇ 'ਚ ਘੇਰ ਕੇ ਮੇਰੇ ਲੜਕਿਆਂ ਉੱਪਰ ਹਮਲਾ ਕਰ ਦਿੱਤਾ ਹੈ, ਜਿਸ ਨਾਲ ਮੇਰਾ ਲੜਕਾ ਬਲਜਿੰਦਰ ਸਿੰਘ ਜ਼ਖਮੀ ਹੋ ਗਿਆ। ਜ਼ਖਮੀ ਦੀ ਮਾਂ ਬੀਬੀ ਰਾਜ ਨੇ ਦੱਸਿਆ ਕਿ ਉਹ ਦੂਜੀ ਧਿਰ ਤੋਂ ਡਰਦੇ ਪਹਿਲੇ ਦਿਨ ਹਸਪਤਾਲ ਦਾਖਲ ਨਹੀਂ ਹੋਏ ਸਨ। ਬੀਬੀ ਰਾਜ ਨੇ ਦੱਸਿਆ ਕਿ ਦੂਸਰੀ ਧਿਰ ਦੇ ਲੜਕੇ ਦੀਪਕ ਵੱਲੋਂ ਫੋਨ 'ਤੇ ਪਹਿਲਾਂ ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈ ਸਨ, ਜਿਸ ਦੀ ਰਿਕਾਰਡਿੰਗ ਉਹਨਾਂ ਦੇ ਕੋਲ ਹੈ। ਇਸ ਸੰਬੰਧੀ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਖੇ ਡਿਊਟੀ 'ਤੇ ਤਾਇਨਾਤ ਡਾਕਟਰ ਰਿਸ਼ਭ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਦੋ ਲੜਾਈ ਦੇ ਮਰੀਜ਼ ਗੁਰਦਿਆਲ ਸਿੰਘ ਅਤੇ ਦੀਪਕ ਆਏ ਸਨ ਅਤੇ ਅੱਜ ਬਾਅਦ ਦੁਪਹਿਰ ਬਲਜਿੰਦਰ ਸਿੰਘ ਇੱਕ ਮਰੀਜ਼ ਲੜਾਈ ਦਾ ਆਇਆ ਹੈ ਅਤੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਕੇ ਉਹਨਾਂ ਦੀ ਬਣਦੀ ਮੈਡੀਕਲ ਕਾਰਵਾਈ ਕਰ ਦਿੱਤੀ ਗਈ ਹੈ। ਹੈਲੋ ਉਦੇ, ਹਾਂਜੀ, ਇਹਨੂੰ ਬਚਾ ਲਈ ਹੁਣ ਕੱਲ ਕਿੱਦਾਂ ਬਚਾ ਲਈ ਮੈਂ ਇਹਨੂੰ ਹੁਣ ਦੀਪੂ ਮੇਰੀ ਗੱਲ ਸੁਣ ਉਹ ਮੇਰੀ ਤੂੰ ਗੱਲ ਸੁਣ ਹਾਂ ਵੀ ਉਹਨਾਂ ਨੇ ਜਿੱਥੇ ਆਉਣੇ ਆ ਤੇ ਦੱਸਦੀ ਮੈਨੂੰ ਉਦੋਂ ਹੀ ਆਊਗਾ ਉਦੋਂ ਹੀ ਹੈ ਤੂੰ ਆਣਾ ਨਾ ਆ ਜੀ ਜਿੱਥੇ ਮੰਡੀ ਆ ਜੀ ਸਵੇਰੇ ਸਵੇਰੇ ਨਹੀਂ ਮੇਰੀ ਗੱਲ ਸੁਣ ਫਿਰ ਸਵੇਰ ਦੇ ਮੈਂ ਵਾ ਪੰਚਾਇਤ ਕੀ ਕਰਨਾ ਮੈਂ ਜੋ ਮਰਜ਼ੀ ਪੰਚਾਇਤ ਚ ਜਾਓ ਭਲਾ ਥਾਣੇ ਜਾਓ ਤੁਸੀਂ ਅੱਛਾ ਲੱਗ ਜੂਗਾ ਬੜਾ ਇਹ ਅੱਛਾ ਅੱਛਾ ਹੁਣ ਤੇਰੇ ਵੜ ਮੂੰਹ ਤੇ ਨਿਕਲਣੇ ਠੀਕ ਹੈ ਤੇਰੀ ਲੱਤ ਤੋੜ ਕੇ ਨਾ ਘਰੇ ਪਾਇਆ ਤੈਨੂੰ ਮੰਜ ਮੇਰੀ ਆ ਚੱਲ ਆਇਆ ਹੁਣ।
ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕ ਪਿੰਡ ਅਰਸੂਲਪੁਰ ਟੱਪਰੀਆਂ 'ਚ ਬੀਤੀ ਰਾਤ ਦੋ ਤਰ੍ਹਾਂ ਦਾ ਆਪਸ 'ਚ ਜੰਮ ਕੇ ਝਗੜਾ ਹੁੰਦਾ, ਜਿਸ ਵਿੱਚ ਦੋ ਤਰ੍ਹਾਂ ਦੇ ਤਿੰਨ ਲੋਕ ਜ਼ਖਮੀ ਹੁੰਦੇ। ਤਾਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਇਹਨਾਂ ਦਾ ਆਪਸ 'ਚ ਝਗੜਾ ਹੋਇਆ ਸੀ, ਪਰ ਇਹ ਪਿੰਡ ਆਪਸ ਵਿੱਚ ਹੀ ਇਹਨਾਂ ਦਾ ਸੁਲਝ ਗਿਆ ਸੀ, ਜੋ ਥਾਣੇ ਜਾਂ ਹੋਰ ਕਿਤੇ ਨਹੀਂ ਸੀ ਗਿਆ। ਪਰ ਬੀਤੀ ਰਾਤ ਜੋ ਝਗੜਾ ਹੋਇਆ ਹੈ ਉਸ ਵਿੱਚ ਦੋ ਤਰ੍ਹਾਂ ਦੇ, ਇੱਕ ਧਿਰ ਦੇ ਦੋ ਜਣੇ ਜ਼ਖਮੀ ਹੋਏ, ਇੱਕ ਦਾ ਇੱਕ ਨੌਜਵਾਨ ਜ਼ਖਮੀ ਹੋਇਆ, ਅਤੇ ਦੋਵੇਂ ਹੀ ਫਤਿਹਗੜ੍ਹ ਚੂੜੀਆਂ ਦੇ ਹਸਪਤਾਲ 'ਚ ਚੇਰੇ ਇਲਾਜ, ਅਤੇ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਉੱਪਰ ਕਥਿਤ ਤੌਰ 'ਤੇ ਗੰਭੀਰ ਦੋਸ਼ ਲਗਾਏ ਜਾ ਰਹੇ। ਗੱਲਬਾਤ ਕਰਦੇ ਹਾਂ ਕਿ ਕੀ ਸੀ ਸਾਰਾ ਮਾਮਲਾ। ਮੈਂ ਜੀ ਗੁਰਦਿਆਲ ਸਿੰਘ, ਮੇਰਾ ਭਨੇਵਾ ਮੇਰੇ ਨਾਲ ਹੀ ਮੇਰਾ ਪਿੰਡ ਰਸੂਲਪੁਰ ਟੱਪਰੀਆਂ ਆ। ਅਸੀਂ ਫਤਿਹਗੜ੍ਹ ਚੂੜੀਆਂ ਕੁਝ ਸਮਾਨ ਲੈਣ ਚੱਲੇ ਸੀ, ਨਾਲੇ ਮੇਰਾ ਭਨੇਵਾ ਹੈਗੇ ਦੀਪਕ ਸਿੰਘ। ਅਸੀਂ ਆਪਣੇ ਪਿੰਡ ਦੇ ਮੋੜ 'ਤੇ ਗਏ ਹਾਂ, ਉੱਥੇ ਅਗਲੇ ਬੰਨੇ ਦੂਸਰੀ ਧਿਰ ਖੜੀ ਸੀ, ਮੁੰਡੇ ਲੈ ਕੇ ਦੋ ਆਪ ਹੀ ਤਿੰਨ ਚਾਰ ਜਿਹੜੇ ਮੁੰਡੇ ਸੀ, ਉਹਨਾਂ ਨੇ ਸਾਨੂੰ ਘੇਰ ਕੇ ਸਾਡੀਆਂ ਸੱਟਾਂ ਸੁੱਟਾਂ ਲਾਈਆਂ। ਉਹਨਾਂ ਕੋਲ ਤੇਜ਼ਧਾਰ ਹਥਿਆਰ ਸੀ, ਕਿਰਚਾਂ ਸੀ ਉਹਨਾਂ ਕੋਲ, ਦਾਤਰ ਸੀ, ਹੋਰ ਵੀ ਕਈ ਹਥਿਆਰ ਸੀ ਉਹਨਾਂ ਦੇ। ਉਹਨਾਂ ਨੇ ਸਾਡੇ 'ਤੇ ਜਕਦਮ ਹਮਲਾ ਕਰਤਾ, ਅਸੀਂ ਮਹਾਂ ਉੱਥੋਂ ਜਾਨ ਬਚਾ ਕੇ ਭੱਜੇ ਹਾਂ। ਮੇਰੇ ਜੀ ਆ ਲੈਫਟ ਸਾਈਡ, ਮੇਰੇ ਪਤਾ ਨਹੀਂ ਕੋਈ ਤੇਜ਼ਧਾਰ ਹਥਿਆਰ, ਜਿੱਦਾਂ ਮੈਨੂੰ ਲੱਗਾ ਵੀ ਕਿਰਚ ਵਗੈਰਾ ਜਿੱਦਾਂ ਵੱਜੀ ਹੋਵੇ, ਜਿੱਦਾਂ ਉਹਨਾਂ ਨੇ ਮਤਲਬ ਹਥਿਆਰ ਦਾ ਕੀਤਾ ਆ। ਅਸੀਂ ਆਪਣੀ ਭੱਜ ਕੇ ਬਹੁਤ ਮੁਸ਼ਕਲ ਜਾਨ ਬਚਾਈ। ਦੋ ਜੀ, ਦੋ ਜਣੇ ਉਹ ਆਪ ਜੀ, ਅਤੇ ਤਿੰਨ ਚਾਰ ਅੰਨ ਪਛਾਤੇ ਉਹਨਾਂ ਨੇ ਮੁੰਡੇ। ਹਾਂਜੀ, ਪੁਲਿਸ ਹਜੇ ਤੱਕ ਨਹੀਂ ਆਈ। ਮੇਰਾ ਨਾਮ ਦੀਪਕ ਆ, ਮੈਂ ਪਿੰਡ ਰਸੂਲਪੁਰ ਟੱਪਰੀਆਂ ਦਾ ਰਹਿਣਾ ਹਾਂ, ਅਤੇ ਮੈਂ ਫਤਿਹਗੜ੍ਹ ਜਾਣ ਦਿਆ ਸੀ ਆਪਣੇ ਮਾਮੇ ਨਾਲ, ਅਤੇ ਮੈਨੂੰ ਇੱਦਾਂ ਘੇਰ ਕੇ ਸਾਨੂੰ ਕੁੱਟਿਆ। ਸਾਨੂੰ ਨਹੀਂ ਪਤਾ ਸੀ ਇੱਦਾਂ ਇਹ ਕੰਮ ਹੋਣਾ, ਹੁਣ ਸਾਨੂੰ ਇਨਸਾਫ ਚਾਹੀਦਾ। ਕਿੰਨੇ ਜਣੇ? ਪੰਜ ਛੇ ਜਣੇ ਹੈਗੇ। ਦੋ ਪਹਿਲੇ ਹੋਇਆ ਸੀ, ਉਹ ਨਿਬੜ ਗਿਆ ਸੀ, ਹੁਣ ਇਹਨਾਂ ਨੇ ਜਾਣ ਕੇ ਲਿਆ ਇੱਦਾਂ। ਉਹਦੇ ਵਿੱਚ ਕਿਹਨੂੰ ਸੱਟਾ ਲੱਗਿਆ? ਉਹ 'ਚ ਵੀ ਮੈਨੂੰ ਲੱਗੀ ਆ। ਪਹਿਲਾਂ ਵੀ ਤੈਨੂੰ ਸੱਟਾ? ਹਾਂਜੀ। ਥਾਣੇ ਨਹੀਂ ਉਹਨਾਂ ਦਿੱਤੀ? ਨਹੀਂ ਨਹੀਂ, ਪਹਿਲੇ ਉਹਨਾਂ ਨੇ ਦਿੱਤੀ, ਸਾਡੇ ਸੱਟਾ ਲੱਗਿਆ ਸਾਨੂੰ ਦੇ ਦਿੱਤੀਆਂ। ਮੈਂ ਬਲਦੇਵ ਸਿੰਘ ਸਰੂਪ ਟੱਪਰੀਆਂ, ਮੇਰਾ ਬੇਟਾ ਗੁਰਦਿਆਲ ਸਿੰਘ ਅਤੇ ਸਾਡਾ ਦੋਤਰਾ ਜਿਹੜਾ ਦੀਪਕ, ਇਹ ਸ਼ਹਿਰ ਕੋਈ ਸਮਾਨ ਲੈਣ ਵਾਸਤੇ, ਸਬਜ਼ੀ ਵਗੈਰਾ ਲੈਣ ਵਾਸਤੇ ਜਾ ਰਹੇ ਸੀਗੇ। ਟਾਈਮ ਕਰੀਬ 7 ਵਜੇ ਦਾ ਸੀ, ਅਤੇ ਰਸਤੇ ਦੇ ਵਿੱਚ ਬਟਾਲਾ ਰੋਡ ਦੇ ਉੱਤੇ, ਬਟਾਲਾ ਰੋਡ ਦੇ ਨੂੰ ਘੇਰ ਕੇ ਲਵ ਅਤੇ ਜੋਬਨ ਪੁੱਤਰ ਜੋਗਿੰਦਰ ਸਿੰਘ ਉਰਫ ਕਾਲੇ ਵਾਸੀ ਸਰੂਪ ਟੱਪਰੀਆਂ, ਅਤੇ ਇਹਨਾਂ ਦੇ ਨਾਲ ਜਿਹੜੇ ਆ ਦੋ ਤਿੰਨ ਬੰਦੇ ਜਿਹੜੇ ਅਣਪਛਾਤੇ ਸੀ, ਅਤੇ ਮੇਰਿਆਂ ਸਾਡੇ ਬੱਚਿਆਂ ਦੇ ਉਹਨਾਂ ਨੇ ਜਾਨਲੇਵਾ ਹਮਲਾ ਕੀਤਾ ਕਈ ਧਾਰ ਹਥਿਆਰਾਂ ਦੇ ਨਾਲ, ਜੋ ਕਿ ਇੱਥੇ ਫਤਿਹਗੜ੍ਹ ਚੂੜੀਆਂ ਜੇਰੇ ਇਲਾਜ ਨੇ। ਅਤੇ ਉਸ ਤੋਂ ਬਾਅਦ ਅੱਜ 19 ਘੰਟੇ ਬਾਅਦ ਉਹਨਾਂ ਨੇ ਝੂਠਾ ਹੀ ਮਤਲਬ ਆਪਣੇ ਮੁੰਡਿਆਂ ਦੇ ਸੱਟਾਂ ਸੱਟਾਂ ਬਾਹਰੋਂ ਲਵਾ ਕੇ ਕੱਟਣ, ਅਤੇ 19 ਘੰਟੇ ਬਾਅਦ ਫਤਿਹਗੜ੍ਹ ਚੂੜੀਆਂ ਹਸਪਤਾਲ ਦੇ ਵਿੱਚ ਦਾਖਲ ਕਰਵਾਏ। ਹਾਂਜੀ ਹਾਂਜੀ, ਅਤੇ ਅਸੀਂ ਇਹੋ ਹੀ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਅਤੇ ਜਿਨ੍ਹਾਂ ਨੇ ਝੂਠੀ ਆਪਣੇ ਘਰ ਹੀ ਉਹ ਕਿਤੇ ਵੱਢ ਕੇ ਛੱਬੀ ਬਣਵਾਈ ਆ, ਉਹਨਾਂ ਦੇ ਵਿੱਚ ਜਿਹੜਾ ਆ ਉਲਟ ਜਿਹੜਾ ਉਹਨਾਂ ਦੇ ਬਣਦਾ ਕੇਸ ਕਰਾਇਆ ਜਾਂਦਾ। ਤੁਹਾਡਾ ਪਹਿਲਾਂ ਕਿਉਂ ਹੋਇਆ ਝਗੜਾ? ਪਹਿਲਾਂ ਜੀ ਝਗੜਾ, ਇਹ ਬੱਚੇ ਜਿਹੜੇ ਆ ਸਾਡੇ ਕੋਲ ਹੀ ਪੀਰ ਬਾਬਾ ਗਰੀਕਿਆਂ ਦੀ ਜਗ੍ਹਾ ਆ, ਉੱਥੇ ਸਾਰੇ ਉੱਥੇ ਕੈਮਰੇ ਲੱਗੇ ਹੋਏ ਆ, ਇਕੱਲੀ ਇਕੱਲੀ ਇੱਥੇ ਗੱਲ ਦਾ ਪਤਾ ਲੱਗਦਾ ਆ ਕਿ ਸਾਡਾ ਬੱਚਾ ਉੱਥੇ ਵੀਰਵਾਰ ਵਾਲਾ ਵਿਆਹ ਹੀ ਮੱਥਾ ਟੇਕਣ ਗਿਆ ਸੀਗਾ, ਅਤੇ ਮੱਥਾ ਟੇਕ ਕੇ ਜਿਉਂ ਪੌੜੀਆਂ ਤੋਂ ਥੱਲੇ ਉੱਤਰ ਕੇ ਆਪਣੀਆਂ ਚੱਪਲਾਂ ਪਾ ਕੇ, ਅਤੇ ਜਦੋਂ ਥੱਲੇ ਉਤਰਿਆ ਅਤੇ ਇਹ ਡੇਅਰੀ ਦੇ ਦੁੱਧ ਲੈਣ ਵਾਸਤੇ ਤੁਰੇ, ਅਤੇ ਇਹ ਜਿਹੜੇ ਦੂਜੇ ਆ ਜੋਬਨ ਉਹ ਲਵ ਅਤੇ ਜੋਬਨ, ਇਹਨਾਂ ਅੱਗੇ ਪ੍ਰੇਰਣਕ ਬਣਾਈ ਸੀ, ਇਹਨਾਂ ਦੇ ਨਾਲ ਇੱਕ ਦੋ ਜਣੇ ਹੋਰ ਸੀਗੇ, ਉਹ ਵੀ ਫਿਲਮ ਦੇ ਵਿੱਚ ਆ, ਇਹਨਾਂ ਪਿੱਛੋਂ ਦੀ ਲੋਕ ਸਾਡੇ ਮੁੰਡੇ ਦੇ ਵਾਰ ਕੀਤੇ, ਇਹਨਾਂ ਦੇ 50 ਡੰਡੇ ਮਾਰੇ, ਇਹਨਾਂ ਦੇ ਬੈਟ ਮਾਰੇ, ਲਹੂ ਲੁਹਾਣ ਕੀਤਾ ਇਹਨਾਂ ਨੇ। ਵੀਡੀਓ ਉਹਨਾਂ ਦੀ ਪੂਰੀ ਵੀਡੀਓ ਬਣੀ ਹੋਈ ਆ ਉਹਨਾਂ ਦੀ,
ਤੇ ਫਿਰ ਲਹੂ ਲਵਾਉਣ ਹੋ ਕੇ ਤੇ ਸਾਡੇ ਮੁੰਡੇ ਜਿਹੜੇ ਆਪਣੇ ਜਦੋਂ ਘਰ ਗਏ ਤੇ ਸਾਨੂੰ ਹਾਂਜੀ ਤੇ ਸਾਨੂੰ ਬਥੇਰਿਆਂ ਜਣਿਆਂ ਨੇ ਕਿਹਾ ਵੀ ਤੁਹਾਡਾ ਮੁੰਡਾ ਲਹੂ ਲਵਾਉਣ ਕੀਤਾ ਮਾਰਿਆ ਥਾਣੇ ਚੱਲ ਜਾਓ ਤੇ ਅਸੀਂ ਫਿਰ ਵੀ ਆਪਣੀ ਸਿਆਣ ਖੜੋ ਸਮਝਦਾ ਵੀ ਕੱਲ੍ਹ ਨੂੰ ਅਗਲਿਆਂ ਕਹਿਣਾ ਨਿਆਣੇ ਮੁੰਡਿਆਂ ਦੀ ਗੱਲ ਹੈ ਛੱਡੋ ਛੱਡੋ ਅਸੀਂ ਆਪਣੀ ਸ਼ਰਾਫਤ ਨੂੰ ਵਰਤਦੇ ਹੋਏ ਅਸੀਂ ਕੋਈ ਵੀ ਇਹਨਾਂ 'ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਸੀਂ ਥਾਣੇ ਨਹੀਂ ਗਏ ਅਤੇ ਇਹਨਾਂ ਨੇ ਉਲਟੀ ਸਾਡੇ 'ਤੇ ਅਗਲੇ ਦਿਨ ਪੁਲਿਸ ਸਾਡੇ ਘਰ ਭੇਜਤੀ ਉਸ ਤੋਂ ਬਾਅਦ ਕੋਈ ਸਾਡਾ ਫੈਸਲਾ ਨਹੀਂ ਬਣਿਆ ਇਹ ਫਿਰ ਮੇਰਾ ਖਿਆਲ ਵੀ 12-15 ਦਿਨਾਂ ਬਾਅਦ ਪੰਦਰਾਂ 17 ਦਿਨਾਂ ਬਾਅਦ ਫਿਰ ਹਾਂਜੀ ਹਾਂਜੀ ਅਤੇ 15-17 ਦਿਨਾਂ ਬਾਅਦ ਫਿਰ ਸਾਡੇ ਮੁੰਡਿਆਂ ਨੂੰ ਘੇਰ ਕੇ ਦੇਣਾ ਸੱਟਾਂ ਲਾ ਦੀਆਂ ਅਤੇ 19 ਘੰਟਿਆਂ ਬਾਅਦ ਝੂਠਾ ਹੀ ਕਦੇ ਕੰਟਰ ਕੁੰਟਰ ਲਵਾ ਕੇ ਲਿਆ ਕੇ ਦਾਖਲ ਹੋ ਕੇ ਨਿਆਣੇ ਦੋਵੇਂ ਪਰਚਾ ਬਣਾਉਣ ਲਿਆ ਅਸੀਂ ਇਹੋ ਹੀ ਸਰਕਾਰ ਕੋਲ ਮੰਗ ਕਰਦੇ ਹਾਂ ਵੀ ਇਹ ਝੂਠੇ ਪਰਚੇ ਨੂੰ ਜਿਹੜਾ ਇਹਨੂੰ ਘੋਖਿਆ ਜਾਵੇ ਇਹਦੀ ਇਨਕੁਆਇਰੀ ਕੀਤੀ ਜਾਵੇ ਅਤੇ ਸਾਡੇ ਜਿਹੜੀ ਮੁੰਡੇ ਨੂੰ ਸੱਟਾਂ ਲਾਈਆਂ ਸਾਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਆ। ਗੱਲ ਇਹ ਡੇਅਰੀ ਦੇ ਦੋਵੇਂ ਭਰਾ ਦੁੱਧ ਲੈਣ ਗਏ ਅਤੇ ਅਸੀਂ ਉੱਥੇ ਆ ਕੇ ਖਲੋਤੇ ਅਸੀਂ ਅਤੇ ਆਂਡੇ ਰੇਹੜੀ ਲੱਗੀ ਉਹਦੇ ਤੋਂ ਆਂਡੇ ਖਾਂਦੇ ਆਂਡੇ ਖਾ ਕੇ ਅਤੇ ਮੁੰਡਾ ਕਈ ਉੱਥੇ ਵਾਹੁੰਦਾ ਮਤਲਬ ਗੋਡੀ ਖਾਂਦਾ ਅਤੇ ਸਫਾਈ ਖਾਂਦਾ ਹੈ ਕਈ ਨਹੀਂ ਦੋਵੇਂ ਆਏ ਅਤੇ ਉਹ ਗੱਡੀ 'ਤੇ ਆਏ ਦੋਵੇਂ ਜਣੇ ਜਿਹਨਾਂ ਹਥਿਆਰ ਕੱਢੇ ਜਿਹਨਾਂ ਨੇ ਬਚਾ ਦਿਆ ਦਾ ਵਾਰ ਕੀਤਾ ਅਸੀਂ ਆਪਣੇ ਬਚਾ 'ਤੇ ਆਏ ਵੀ ਅੱਗੋਂ ਬਿਨਾਂ ਕੁਝ ਕਹਿ ਤੇ ਸਾਡੇ ਕੋਲ ਬਾਕੀ ਉੱਥੇ 15-20 ਜਣੇ ਸਾਡੇ ਪਿੰਡ ਦੇ ਸਾਰੇ ਸਬੂਤ ਦੇ ਹੈਗੇ ਉਹਨਾਂ ਦੇ ਕੋਈ ਗੱਲ ਟੈਂਸ਼ਨ ਨਹੀਂ ਬਾਕੀ ਸਾਰਾ ਸਬੂਤ ਹੈਗੇ ਸਾਡੇ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਰਾਤੀ ਸਾਡੇ ਇੱਥੇ ਦਫ਼ਤਰ ਵਿੱਚ ਹਾਂਜੀ ਦਾਲ ਅਸੀਂ ਉਸੇ ਟਾਈਮ ਦੱਦ ਨਹੀਂ ਆਏ ਉਹਨਾਂ ਮਤਲਬ ਤੱਤੇ ਉਸਦੇ ਘਰ ਦੱਦ ਨਹੀਂ ਆਏ ਹਨੇਰੇ ਨਾਲ ਬੜੀ ਕਿੱਟੀ ਕੀਤੀ ਉਹਦੇ ਕਰਕੇ ਅਸੀਂ ਰਾਤੀ ਬਾਹਰੋਂ ਬੰਦੇ ਆਏ ਇਹਨਾਂ ਨੂੰ ਅਤੇ ਜਿੱਦਣ ਪਹਿਲਾਂ ਲੜਾਈ ਹੋਈ ਅਤੇ ਉਦੋਂ ਵੀ ਇਹਨਾਂ ਨੂੰ ਬਾਹਰੋਂ ਬੰਦੇ ਆਏ ਸਾਡੇ ਘਰਾਂ ਦਾ ਚੱਕਰ ਮਾਰਦੇ ਗੇੜੇ ਮਾਰਦੇ ਅਤੇ ਉਦੋਂ ਵੀ ਆਪਾਂ ਠਾਣੇ ਵੀ ਬਰਦਾਸ਼ਤ ਦਿੱਤੀ ਪਰ ਸਾਡੀ ਸੁਣਾਈ ਨਹੀਂ ਹੋਈ। ਮੇਰਾ ਨਾਮ ਜੋਬਨ ਹੈ ਅਤੇ ਮੈਂ ਅਤੇ ਮੇਰਾ ਭਰਾ ਦੁੱਧ ਲੈਣ ਜਾਂਦੇ ਸੀ ਡੇਰੀ 'ਤੇ ਅਤੇ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਜਿਹੜੇ ਦੋ ਮੈਂਬਰ ਆ ਦੀਪਕ ਅਤੇ ਗਾਲੇ ਅਤੇ ਉਹਨਾਂ ਨੇ ਆ ਕੇ ਸਾਡੇ 'ਤੇ ਵਾਰ ਕੀਤਾ ਗੱਡੀ 'ਚੋਂ ਨਿਕਲ ਕੇ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕੀਤਾ ਅਤੇ ਅਸੀਂ ਆਪਣੇ ਬਚਾਅ ਲਈ ਆਪਣਾ ਬਚਾਅ ਕਰਕੇ ਅਤੇ ਬਚਾਅ ਆਪਣਾ ਕੀਤਾ। ਉਹ ਦੋ ਜਣੇ ਜਿਹੜੇ ਸਾਡੇ ਦੋ ਜਣੇ ਗੱਲ ਪਏ ਅਤੇ ਬਾਕੀ ਉਹਨਾਂ ਦੇ ਜੀਵ ਮਗਰ ਸੀ ਗੱਡੀ 'ਚੋਂ ਮਗਰ ਲਾਏ ਮੇਰੇ ਤਾਂ ਹੀ ਇਹਨਾਂ ਨੇ ਡੰਡੇ ਮਾਰੇ ਅਤੇ ਬਾਕੀ ਬਚਾਅ ਹੋ ਗਿਆ ਜ਼ਖਮ ਵਾਲੀ ਸੱਟ ਨਹੀਂ। ਮੇਰੇ ਬੇਟੇ ਦੇ ਨਾਲ ਮਤਲਬ ਕਿ ਪਹਿਲਾਂ ਸਭ ਤੋਂ ਝਗੜਾ ਹੋਇਆ ਸੀਗਾ ਤੇ ਜਦੋਂ ਇਹਨਾਂ ਨੇ ਉਹਦੇ ਨਾਲ ਇਹਨਾਂ ਦਾ 15-16 ਦਿਨ ਪਹਿਲਾਂ ਵੀ ਝਗੜਾ ਹੋਇਆ ਸੀ ਮੇਰੇ ਬੇਟੇ ਨੂੰ ਇਹਨਾਂ ਨੇ ਮਾਰਿਆ ਸੀ ਇੱਕ ਮਹੀਨਾ ਪਹਿਲਾਂ ਮਤਲਬ ਕਿ ਮਾਰਿਆ ਸੀਗਾ ਅਤੇ ਮੈਂ ਨਹੀਂ ਇਹਨਾਂ ਦੇ ਘਰੇ ਕੋਈ ਗੱਲਬਾਤ ਕਰਕੇ ਮੈਂ ਹੱਥ ਜੋੜ ਕੇ ਵਾਪਸ ਆ ਗਈ ਮੈਂ ਕਿਹਾ ਨਹੀਂ ਵੀ ਬੱਚੇ ਆ ਪਿੰਡ ਦੇ ਵੀ ਆਪਣੇ ਵੀ ਇੱਕੋ ਜਿਹੇ ਆ। ਉਸ ਤੋਂ ਬਾਅਦ ਮੈਂ ਥੋੜ੍ਹਾ ਟਾਈਮ ਬਾਅਦ ਮੈਂ ਫਿਰ 12 ਤਰੀਕ ਨੂੰ ਵੀਰਵਾਰ ਨੂੰ ਇਹ ਪੀਰਾਂ ਦੀ ਦਰਗਾਹ 'ਤੇ ਇਹਨਾਂ ਦਾ ਝਗੜਾ ਹੋਇਆ ਫਿਰ ਵੀ ਇਹ ਦੋਨੇ ਜਾਣੇ ਆਪਸੇ ਮੇਂ ਲੜੇ ਆ ਅਤੇ ਜਦ ਲੜੇ ਆ ਅਤੇ ਅਸੀਂ ਕੋਈ ਨਹੀਂ ਸਾਡੇ ਘਰ ਦਾ ਮੈਂਬਰ ਨਹੀਂ ਗਿਆ ਬਕਾਇਦਾ ਵੀਡੀਓ ਸਾਡੇ ਕੋਲ ਆ ਇਹਨਾਂ ਦੀਆਂ ਰਿਕਾਰਡਿੰਗਾਂ ਸਾਡੇ ਕੋਲ ਆ ਇਹਨਾਂ ਦੀਆਂ ਵੀਡੀਓ ਦੇ ਵਿੱਚ ਇਹ ਆ ਕਿ ਇਹ ਸਾਡੇ ਘਰ ਕੁੱਟਮਾਰ ਕਰਨ ਆਏ ਜਿੰਨਾ ਪਰਿਵਾਰ ਸਾਰੇ ਨਿੱਕੇ ਮੋਟੇ ਉਹ ਵੀਡੀਓ 'ਚ ਦੇਖਦੇ ਆ। ਉਸ ਤੋਂ ਬਾਅਦ ਮੈਂ ਇਹਨਾਂ ਦੀਆਂ ਰਿਕਾਰਡਿੰਗਾਂ ਵਗੈਰਾ ਸਾਡੇ ਕੋਲ ਹੈਗੀਆਂ ਵਾ ਜਿਨ੍ਹਾਂ ਦੇ ਵਿੱਚ ਇਹ ਸਾਨੂੰ ਧਮਕਾ ਰਹੇ ਨੇ ਠੀਕ ਆ। ਅਸੀਂ ਇਹਨਾਂ ਨਾਲ ਕੋਈ ਵਾਧਾ ਨਹੀਂ ਕੀਤਾ ਅਸੀਂ ਇਹੋ ਸੋਚਿਆ ਕਿ ਸਾਡੇ ਪਿੰਡ ਦੇ ਬੱਚੇ ਆ ਅਸੀਂ ਨਹੀਂ ਵਾਧਾ ਕਰਨਾ ਚਾਹੁੰਦੇ ਪਰ ਰਾਤੀ ਇਹਨਾਂ ਨੇ ਫਿਰ ਲੜਾਈ ਦਾ ਕਾਰਨ ਵੀਰ ਜੀ ਕੋਈ ਨਹੀਂ ਸੀ ਇਹ ਛੋਟੇ ਛੋਟੇ ਬੱਚੇ ਸੀ ਬੱਚਿਆਂ ਦੇ ਨਾਲ ਉੱਧਰ ਉੱਧਰ ਗੱਲਾਂ ਬਾਤਾਂ ਕਰਦੇ ਕਿ ਤੂੰ ਇੱਦਾਂ ਤੂੰ ਇੱਦਾਂ ਬਸ ਇਹਨਾਂ ਗੱਲਾਂ ਤੋਂ ਮਾਮੂਲੀ ਜਿਹੀਆਂ ਗੱਲਾਂ ਕੋਈ ਵੱਡੀਆਂ ਗੱਲਾਂ ਵੀ ਹੈ ਨਹੀਂ ਆ ਵੀ ਆਪਾਂ ਕਿਸੇ ਦੀ ਧੀ ਪੁੱਤ 'ਤੇ ਕੋਈ ਰੋਗ ਲਾ ਦਈਏ ਜਾਂ ਕਿੱਦਾਂ ਵੀ ਆ ਸਾਡੇ ਨਾਲ ਕੋਈ ਕਿਸੇ ਦਾ ਵੈਰ ਵਿਰੋਧ ਨਹੀਂ ਆ ਨਾ ਉਸ ਪਰਿਵਾਰ ਦੇ ਨਾਲ ਹੀ ਆ ਪਰ ਉਹਨਾਂ ਨੇ ਸਾਡੇ ਨਾਲ ਜੋ ਕੀਤਾ ਉਹ ਸਹੀ ਨਹੀਂ ਕੀਤਾ ਸਾਨੂੰ ਇੱਕ ਵਾਰੀ ਵੀ ਪੁੱਛ ਲੈਂਦੇ ਨਾ
ਕਿ ਤੁਸੀਂ ਤੁਹਾਡਾ ਬੱਚਾ ਆ ਉਹਨਾਂ ਨੇ ਆਹ ਹਰਕਤ ਕੀਤੀ ਆ ਅਤੇ ਸਾਨੂੰ ਅਸੀਂ ਆਪਣੇ ਬੱਚੇ ਨੂੰ ਵੀ ਡਾਂਟ ਸਕਦੇ ਹਾਂ, ਸਾਡੇ ਵਿੱਚ ਐਸਾ ਕੁਛ ਨਹੀਂ। ਰਾਤੀ ਵੀ ਇਹ ਦੁੱਧ ਲੈਣ ਗਏ ਆ ਦੋਨੇ ਭਰਾ, ਜਿਹੜੇ ਗਵਾਹ ਤੁਹਾਨੂੰ ਚਾਹੀਦੇ ਉਹ ਵੀ ਹੈਗੇ ਸਾਡੇ ਕੋਲ, ਇਹ ਡੇਰੀ ਤੋਂ ਦੁੱਧ ਲੈਣ ਗਏ ਆ ਸੜਕ, ਹਾਂਜੀ ਬਾਰ ਬਾਰ ਡੇਰੀ ਪਿੰਡ ਤੋਂ ਸੜਕ ਦੇ ਉੱਪਰ, ਉੱਥੇ ਬਹੁਤ ਜਾਣੇ ਗਵਾਹ ਆ। ਅਸੀਂ ਉੱਥੇ ਹੈ ਨਹੀਂ ਉਸ ਟਾਈਮ 'ਤੇ, ਇਹ ਗੱਡੀ ਲੈ ਕੇ ਗਿਆ, ਗੱਡੀ 'ਚ ਇਹਨਾਂ ਨੇ ਹਥਿਆਰ ਕੱਢ ਕੇ ਇਹਨਾਂ 'ਤੇ ਵਾਰ ਕੀਤਾ। ਉਸ ਤੋਂ ਬਾਅਦ ਮੈਂ ਫਿਰ ਤੁਹਾਨੂੰ ਪਤਾ ਜਦੋਂ ਵੱਜਦੀਆਂ ਤਾਂ ਫਿਰ ਦੋਨਾਂ 'ਚ ਇੱਕੋ ਜਿਹੀਆਂ ਹੋ ਜਾਂਦੀਆਂ, ਇਹਨਾਂ ਨੇ ਵੀ ਉਹਨਾਂ 'ਤੇ ਮਾਰੀਆਂ ਅਤੇ ਉਹਨਾਂ ਨੇ ਵੀ ਮਾਰੀਆਂ ਅਤੇ ਇਹ ਮਾਰ ਕੇ ਅਤੇ ਇੱਥੇ ਆ ਗਏ। ਹਾਂਜੀ, ਅਤੇ ਅਸੀਂ ਮਤਲਬ ਕਿ ਇਹ ਕੀਤਾ ਕਿ ਅਸੀਂ ਰਾਤ ਡਰਦੇ ਨਹੀਂ ਆਏ, ਆਪਾਂ ਕਿਹਾ ਕਿ ਤੱਤੇ ਤੱਤੇ ਘਾ ਕੇ ਇਹਦੇ ਪਿੱਛੇ ਜਾਵਾਂਗੇ ਅਤੇ ਫਿਰ ਉਹ ਕੰਮ ਹੋਊਗਾ, ਇਸ ਕਰਕੇ ਅਸੀਂ ਇਹੋ ਜਿਹਾ ਕੁਛ ਨਹੀਂ ਕਰਨਾ ਚਾਹੁੰਦੇ। ਖੁਦ ਸੱਟ ਲਾ ਕੇ ਨਹੀਂ ਆਏ ਸਰ, ਅਸੀਂ ਖੁਦ ਨਹੀਂ ਸੱਟ ਲਾਏ। ਖੁਦ ਸੱਟ ਕੋਈ ਮਾਂ ਲਾ ਸਕਦੀ ਹੈ ਆਪਣੇ ਬੱਚੇ ਦੇ, ਜਾਂ ਕੋਈ ਲਵਾ ਸਕਦਾ ਹੈ? ਅਸੀਂ ਕੁਛ ਨਹੀਂ, ਇਹੋ ਜਿਹਾ ਕੁਛ ਨਹੀਂ ਆ, ਸਿਰਫ ਸਾਡਾ ਬੱਚਾ ਆਪਾਂ ਸਿਰਫ ਲੁਕੋਇਆ ਸੀ ਰਾਤ ਦਾ, ਕਿ ਰਾਤ ਸਾਰੀ ਦਾ ਇਹਦੇ ਫੋਨ 'ਚ ਆਉਂਦਾ ਪਿਆ ਸੀ। ਮੈਂ ਡਰਦੀ ਨਹੀਂ ਆਈ ਸੀ ਕਿ ਮੇਰੇ ਨਾਲ ਮਤਲਬ ਕਿ ਮੇਰੇ ਬੱਚਿਆਂ ਦੇ ਨਾਲ ਕੋਈ ਵਾਰਦਾਤ ਨਾ ਹੋ ਜਾਏ, ਕਿਉਂਕਿ ਤੱਤੇ ਤੱਤੇ ਘਾਹ ਵੀਰ ਜੀ ਬਹੁਤ ਕੁਛ ਹੋ ਜਾਂਦਾ, ਇਸ ਕਰਕੇ ਆਪਾਂ ਨਹੀਂ ਆਏ। ਬਾਕੀ ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈ ਕਿ 19 ਘੰਟਿਆਂ ਬਾਅਦ ਆਏ ਰਾਤ। ਹਾਂਜੀ ਘਰੇ ਹੀ ਸੀ, ਅਸੀਂ ਕਿਤੇ ਨਹੀਂ ਗਏ। ਹਾਂਜੀ ਅਸੀਂ ਦੁਪਹਿਰੇ 2 ਵਜੇ। ਹਾਂਜੀ ਫਿਰ ਅਸੀਂ ਇਹਦਾ ਤਾਂ ਕੁਛ ਨਾ ਕੁਛ ਕਰਾਉਣਾ ਹੀ ਸੀ ਨਾ, ਆਪਣੇ ਬੱਚੇ ਦਾ ਵੀ। ਜਦੋਂ ਸਾਡੇ ਤੇ ਕੋਈ ਮਤਲਬ ਕਿ ਕਰੀ ਜਾਣ ਡਿਆ ਤੇ ਆਪਾਂ ਤੁਹਾਨੂੰ ਪਤਾ ਫਿਰ ਚੁੱਪ ਹੀ ਬੈਠੇ ਰਹਿੰਦੇ। ਹਾਂਜੀ ਅਸੀਂ ਵੀ ਹਸਪਤਾਲ ਹੀ ਆਉਣਾ, ਫਿਰ ਅਸੀਂ ਕਿੱਥੇ ਜਾਣਾ ਸੀ? ਸਾਡੀ ਮੰਗ ਇਹ ਆ ਕਿ ਸਾਡਾ ਇਨਸਾਫ਼ ਹੋਣਾ ਚਾਹੀਦਾ, ਸਾਡੇ ਬੱਚਿਆਂ ਦੇ ਨਾਲ ਮਤਲਬ ਕਿ ਇੱਦਾਂ ਜਿੱਦਾਂ ਇਹਨਾਂ ਨੇ ਕੀਤਾ, ਘਰ ਆਣ ਕੇ ਸਾਡੀ ਗੱਲ ਪੈ, ਇੱਦਾਂ ਨਹੀਂ ਸੀ ਇਹਨਾਂ ਨੂੰ ਕਰਨਾ ਚਾਹੀਦਾ। ਸਾਨੂੰ ਇਨਸਾਫ਼ ਚਾਹੀਦਾ ਵੀ ਗਾਂਹ ਸਾਡੇ ਬੱਚਿਆਂ ਨਾਲ ਕੋਈ ਇੱਦਾਂ ਦੀ ਘਟਨਾ ਨਾ ਵਾਪਰੇ। ਹਾਂਜੀ ਅਸੀਂ 12 ਤਰੀਕ ਨੂੰ ਰਿਪੋਰਟ ਕਰਾਈ ਸੀ, ਨਹੀਂ ਦੱਸਿਆ ਨਹੀਂ ਆਪਾਂ ਤੁਹਾਨੂੰ, ਦੱਸਿਆ ਕਿਤੇ ਵੀ ਨਹੀਂ ਗਏ ਅਸੀਂ, ਡਰਦੇ ਕਿ ਸੱਟ ਫੇਟ ਨਾ ਲੱਗ ਜੇ। ਤੁਹਾਨੂੰ ਪਤਾ ਤੱਤੇ ਤੱਤੇ ਘਾਹ ਬਹੁਤ ਕੁਛ ਹੋ ਜਾਂਦਾ ਗੁੱਸੇ ਦੇ ਵਿੱਚ। ਹਾਂਜੀ 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 ਦੱਸਣਾ ਹੁੰਦਾ ਵਾ, ਪਰ ਅਸੀਂ ਇਸ ਕਰਕੇ ਨਹੀਂ ਦੱਸਿਆ, ਅਸੀਂ ਕਿਹਾ ਪਹਿਲਾਂ ਅਸੀਂ ਰਿਪੋਰਟ ਲਿਖਾਈ। ਸਾਡੇ ਵਿੱਚ ਇਹੋ ਜਿਹਾ ਕਦੀ ਕੋਈ ਝਗੜਾ ਵਗੜਾ ਹੋਇਆ ਹੀ ਨਹੀਂ ਕਿ ਜਿਹੜਾ ਸਾਨੂੰ ਕਿਸੇ ਚੀਜ਼ ਦਾ ਪਤਾ ਵਾ, ਅਸੀਂ ਤਾਂ ਸਾਨੂੰ ਤਾਂ ਇਹਨਾਂ ਚੀਜ਼ਾਂ ਦਾ ਹੀ ਨਹੀਂ ਪਤਾ। ਆਹ ਤਾਂ ਸਾਨੂੰ ਪਹਿਲੀ ਵਾਰ ਇਹਨਾਂ ਨੇ ਆਹ ਕੰਮ ਦਿਖਾਇਆ, ਸਾਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ। ਸਰ ਮੈਂ ਜਦੋਂ ਅੱਜ 2 ਵਜੇ ਮੇਰੀ ਡਿਊਟੀ ਸ਼ੁਰੂ ਹੋਈ, ਉਦੋਂ ਇੱਕ ਪੇਸ਼ੈਂਟ ਬਲਜਿੰਦਰ ਸਿੰਘ, ਸਨ ਆਫ ਜੋਗਿੰਦਰ ਸਿੰਘ, ਰਸੂਲਪੁਰ ਟੱਪਰੀਆਂ ਦਾ ਰਹਿਣ ਵਾਲਾ, ਇਹ ਇੱਕ ਪੇਸ਼ੈਂਟ ਮੇਰੇ ਕੋਲ ਆਇਆ ਅਤੇ ਉਹਦੇ ਇੱਕ ਬਾਂਹ 'ਤੇ ਸੱਟ ਸੀਗੀ ਅਤੇ ਆਪਾਂ ਉਹਨੂੰ ਦਾਖਲ ਕੀਤਾ। ਰਾਤ 'ਚ ਹੀ 2 ਪੇਸ਼ੈਂਟ ਆਏ ਨੇ, ਇੱਕ ਗੁਰਦਿਆਲ ਅਤੇ ਇੱਕ ਦੀਪਕ। ਇਹਨਾਂ ਬਾਰੇ ਰਾਤ ਵਾਲੇ ਡਾਕਟਰ ਸਾਹਿਬ ਨੂੰ ਪਤਾ, ਉਹਨਾਂ ਨੇ ਕਿਉਂਕਿ ਰਾਤ ਜਿਹੜੇ ਡਾਕਟਰ ਸਾਹਿਬ ਸੀ ਉਹਨਾਂ ਦਾ ਮੈਡੀਕਲ ਕੀਤਾ। ਮੇਰੇ ਕੋਲ ਸਿਰਫ ਇੱਕੋ ਪੇਸ਼ੈਂਟ ਆਇਆ ਜੀ, ਬਲਜਿੰਦਰ ਸਿੰਘ, ਉਹਦੇ ਬਾਂਹ 'ਤੇ ਸੱਟ ਆ ਅਤੇ ਬਾਕੀ ਉਹਦੇ ਗੁੱਜੀਆਂ ਸੱਟਾਂ ਹੈਗੀਆਂ। ਐਮ ਐਲ ਆਰ, ਹਾਂਜੀ ਅਸੀਂ ਮੈਡੀਕਲ ਲੀਗਲ ਉਹਨਾਂ ਦਾ ਕਰਤਾ ਜੀ, ਐਗਜ਼ਾਮੀਨੇਸ਼ਨ ਕਰਤਾ।